ਸਵੇਰੇ ਸਵੇਰੇ ਆਪਾਂ ਚੱਕਦੇ ਹਾਂ ਪਾਣੀ ਵਾਲੀ ਪੈਪ, ਪਾਣੀ ਵਾਲੀ ਪੈਪ ਲੈ ਕੇ ਆਪਾਂ ਜਾਂਦੇ ਹਾਂ ਬਾਹਰ, ਅਤੇ ਬਾਹਰ ਕੱਢ ਲੈਂਦੇ ਹਾਂ ਟਰਾਲੀ ਜੋ ਕਿ ਪਹਿਲਾਂ ਰੂੜੀ ਵਾਲੇ ਰੇਹ ਨਾਲ ਲਿਬੜੀ ਹੋਈ ਸੀ, ਉਹਨੂੰ ਆਪਾਂ ਧੋਤ ਵਾਈਏ ਸਟਾਰਟ ਕਰਦੇ ਹਾਂ, ਅਤੇ ਫਿਰ ਲੈਂਦੇ ਆਪਾਂ ਨਾਲ ਦੀ ਨਾਲ ਗਾਣਿਆਂ ਦਾ ਸਵਾਦ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਸੋਚ ਛੋਟੋ ਵੱਡੀ ਹੁੰਦੀ ਆ, ਸੋ ਕੰਮ ਕਰਿਆ ਕਰੋ ਕਰਦੇ, ਟਲਿਆ ਨਾ ਕਰੋ। ਅਤੇ ਆਪਾਂ ਚਾਂਦੀ ਵਾਂਗੂ ਟਰਾਲੀ ਨੂੰ ਚਮਕਾ ਦਿੰਦੇ ਹਾਂ, ਅਤੇ ਵਿੱਚ ਹੀ ਆ ਜਾਂਦਾ ਪਲਟੀਨਾ, ਅਤੇ ਫਿਰ ਲੈਂਬਰੋ ਦਾ ਟਾਈਮ ਆ ਜਾਂਦਾ, ਲੈਂਬਰੋ ਦੇ ਨੋਹਾਂ ਦਾ ਕੰਮ ਕਰਾਉਣਾ ਅਤੇ ਲੈਂਬਰੋ ਦੇ ਸਿੰਗਾਂ ਦਾ ਕੰਮ ਕਰਾਉਣਾ। ਲੈਂਬਰੋ ਪੂਰੇ ਨਜ਼ਾਰੇ ਲੈਂਦਾ, ਸਵਾਦ ਲੈਂਦਾ ਗਾ ਨੋਹ ਕਟਾਉਣ ਦਾ, ਅਤੇ ਕਾਫੀ ਟਾਈਮ ਬਾਅਦ ਇਹਦਾ ਕੰਮ ਕਰਾ ਰਹੇ। ਅਤੇ ਲੈਂਬਰੋ ਦੇ ਸਿੰਗਾਂ ਨੂੰ ਇੱਕ ਨੰਬਰ ਕੋਕਾ ਪੀਸ ਬਣਾ ਦਿੰਦੇ ਹਾਂ, ਅਤੇ ਫਿਰ ਇਸ ਤੋਂ ਬਾਅਦ ਸ਼ੋਟ ਲੈਂਦੇ ਹਾਂਗੇ ਆਪਾਂ ਲੈਂਬਰੋ ਦੇ ਐਕਸ਼ਨ ਸ਼ੋਟ, ਅਤੇ ਫਿਰ ਉਹ ਬਾਈ ਦਾ ਨੰਬਰ ਹੈ ਇਹ ਜਿਹੜੇ ਨੂੰ ਕੰਟੈਕਟ ਕਰਨਾ ਕਰ ਸਕਦਾ। ਅਤੇ ਇਸ ਤੋਂ ਬਾਅਦ ਗੱਡੀ ਲੈ ਕੇ ਆਪਾਂ ਚੱਲ ਪੈਂਦੇ ਹਾਂ ਸੰਗਰੂਰ ਵੱਲ ਨੂੰ, ਅਤੇ ਉੱਥੇ ਆਪਾਂ ਨੇ ਥੋੜ੍ਹੇ ਬਹੁਤੇ ਕੰਮ ਨਿਬੇੜਨੇ ਨੇ। ਦਿਸ ਇਜ ਪਰਸਨਲ ਵਰਕ, ਯੂ ਨੋ, ਪੂਰੀਆਂ ਗੱਲਾਂ ਨਹੀਂ ਸ਼ੇਅਰ ਕਰਦੇ। ਇਹ ਆਪਣੇ ਦੇਸ਼ ਦਾ ਲੋਕਲ ਟੈਲੈਂਟ ਹੈ ਜਿਹੜਾ ਸੜਕਾਂ 'ਤੇ ਫਿਰਦਾ। ਅਤੇ ਇਸ ਤੋਂ ਬਾਅਦ ਆਪਾਂ ਕੰਮ ਨਿਬੇੜ ਕੇ ਸ਼ਾਮ ਨੂੰ ਗਰਾਉਂਡਾਂ ਚਾਹੁੰਦੇ ਹਾਂ। ਇੱਥੇ